a South Asian Canadian channel. ਲੁਧਿਆਣਾ ਦੇ ਥਾਣਾ ਮੋਤੀ ਨਗਰ ਅਧੀਨ ਪੈਂਦੇ ਸ਼ੇਰਪੁਰ ਚੌਕ ਕੋਲ ਬਣੇ ਮੈਡੀਕਲ ਸਟੋਰ ਚਾਲਕ ਤੇ ਇੱਕ ਮਹਿਲਾ ਵੱਲੋਂ ਟ੍ਰੀਟਮੈਂਟ ਦੇ ਬਹਾਨੇ ਦੁਸ਼ਕਰਮ ਕਰਨ ਦੇ ਆਰੋਪ ਲਗਾਏ ਗਏ ਨੇ, ਜਿਸ ਨੂੰ ਲੈ ਕੇ ਮਹਿਲਾ ਨੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਉਧਰ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਪੀੜਿਤ ਮਹਿਲਾ ਨੇ ਵੀਡੀਓ ਵਾਇਰਲ ਕਰਕੇ ਇਸ ਮਾਮਲੇ ਸੰਬੰਧੀ ਜਾਂਚ ਦੀ ਮੰਗ ਕਰ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਮਹਿਲਾ ਨੇ ਕਿਹਾ ਕਿ ਦੋਸ਼ੀ ਸਟੋਰ ਚਾਲਕ ਉਸ ਨੂੰ ਇਲਾਜ ਦੇ ਬਹਾਨੇ ਬੁਲਾ ਕੇ ਦੁਸ਼ਕਰਮ ਕਰਦਾ ਸੀ ਤੇ ਉਸ ਨੂੰ ਬਲੈਕਮੇਲ ਕਰਦਾ ਸੀ। ਮੇਰਾ ਨਾਮ ਮਮਤਾ ਹੈ, ਮੈਂ ਫੈਸ਼ਨ ਕਿੰਗ ਕੇ ਸਾਹਮਣੇ ਰਹਿਤੀ ਹੂੰ ਸ਼ੇਰਪੁਰ ਮੈਂ, ਔਰ ਵਹੀਂ ਪੇ ਸੋਸ਼ਲ ਮੈਡੀਕਲ ਵਾਲੇ ਹੈ। ਉਸਸੇ ਨਾ ਮੈਂ ਉਧਾਰੀ ਦਵਾਈ ਕਰਾ ਰਹੀ ਥੀ, ਮੇਰੇ ਪਾਸ ਪੈਸੇ ਕਾ ਪ੍ਰੋਬਲਮ ਥਾ। ਪਹਿਲੇ ਉਸਸੇ ਮੈਂ ਪੂਛੀ ਕਿ ਮੇਰਾ ਦਵਾਈ ਉਧਾਰੀ ਕਰਵਾ ਦੋਗੇ ਤੋ ਠੀਕ ਹੈ, ਨਹੀਂ ਤੋ ਮੈਂ ਕਿਸੀ ਔਰ ਕੇ ਪਾਸ ਜਾਊਂਗੀ। ਉਸਨੇ ਬੋਲਾ ਕਿ ਨਹੀਂ ਮੈਂ ਉਧਾਰੀ ਦਵਾਈ ਦੇ ਦੂੰਗਾ ਔਰ ਧੀਰੇ ਧੀਰੇ ਕਰਕੇ ਪੈਸੇ ਦੇ ਦੇਣਾ। ਉਹ 10,000 ਕਾ ਬਿੱਲ ਬਣਾਇਆ, ਮੈਂ ਉਸਕਾ ਪੈਸੇ ਵੀ ਦੇ ਦੀ, ਫਿਰ ਵੀ ਉਸ ਬੀਚ ਮੈਂ ਦਵਾਈ ਜਬ ਕਰਤਾ ਥਾ ਤੋ ਪਤਾ ਨਹੀਂ ਉਸਮੇ ਇੰਜੈਕਸ਼ਨ ਲਗਾਤਾ ਥਾ, ਟੀਕਾ ਲਗਾਤਾ ਥਾ, ਔਰ ਲਗਾ ਕੇ ਜਬ ਮੈਂ ਬੇਹੋਸ਼ ਹੋ ਜਾਤੀ ਥੀ, ਬੇਹੋਸ਼ ਕੀ ਹਾਲਤ ਮੈਂ ਉਸਨੇ ਮੇਰੇ ਸਾਥ ਗਲਤ ਕਰਕੇ ਉਸਕੇ ਬਾਅਦ ਉਹ ਫੋਟੋ ਵੀਡੀਓ ਦੋਨੋਂ ਬਣਾਇਆ ਔਰ ਵਹੀ ਦਿਖਾ ਦਿਖਾ ਕੇ ਮੇਰੇ ਸਾਥ 5 ਮਹੀਨੇ ਸੇ ਮੇਰੇ ਕੋ ਬਲੈਕਮੇਲ ਕਰਤਾ ਰਹਾ, ਡਰਾ ਕੇ ਧਮਕਾ ਕੇ ਕਿ ਤੇਰੇ ਪਤੀ ਕੋ ਦਿਖਾ ਦੂੰਗਾ, ਤੇਰਾ ਘਰ ਤੁਰਵਾ ਦੂੰਗਾ, ਤੁਝੇ ਮਰ ਮੈਂ ਤੇਰੇ ਘਰ ਵਾਲੋ ਕੋ ਮਰਵਾ ਦੂੰਗਾ, ਐਸੇ ਕਹਿਤਾ ਥਾ। ਉਸਕੇ ਸਾਥ ਮੈਂ 5 ਮਹੀਨੇ ਸੇ ਗਲਤ ਸੰਬੰਧ ਬਣਾ ਕੇ, ਔਰ ਜਬ ਮੈਂ ਬੋਲੀ ਕਿ ਮੈਂ ਨਹੀਂ ਕਰ ਪਾਊਂਗੀ, ਤੂੰ ਮੇਰੇ ਸਾਈਡ ਹੋ ਜਾ, ਸਾਈਡ ਹੋ ਜਾ, 4 ਮਹੀਨੇ ਕੇ ਪੇਟ ਮੇ ਬੱਚਾ ਹੈ, ਉਸਕੋ ਮੈਂ ਬੋਲੀ ਕਿ ਮੈਂ ਹਾਥ ਜੋੜਤੀ ਹੂੰ, ਮਾਫ਼ੀ ਮੰਗਤੀ ਹੂੰ, ਮੇਰੇ ਕੋ ਮਾਫ਼ ਕਰ ਦੋ, ਫਿਰ ਵੀ ਉਸ ਇਨਸਾਨ ਨੇ ਮੇਰੇ ਕੋ ਮਾਫ਼ ਨਹੀਂ ਕੀਆ ਔਰ ਕਹਿਤਾ ਹੈ ਕਿ ਤੂੰ ਆਪਣੀ ਬੇਟੀ ਕੋ ਮੇਰੇ ਸਾਥ ਭੇਜ। ਬਤਾਈਏ ਯਹੀ ਕਾਨੂੰਨ ਹੈ, ਯਹੀ ਇਨਸਾਫ਼ ਹੈ? ਜਬ ਮੈਂ 3 ਦਿਨ ਸੇ ਥਾਣੇ ਮੇ ਦੌੜ ਰਹੀ ਹੂੰ, ਫਿਰ ਵੀ ਮੇਰੇ ਕੋ ਇਨਸਾਫ਼ ਨਹੀਂ ਮਿਲ ਰਹਾ। ਬਤਾਈਏ, ਇਨਸਾਨ ਤੋ ਕਹਿਤਾ ਹੈ ਲੇਡੀਜ਼ ਕਾ ਬਹੁਤ ਸੁਣਵਾਈ ਹੈ, ਕਹਾ ਲੇਡੀਜ਼ ਕਾ ਸੁਣਵਾਈ ਹੈ, ਕਹਾ ਕਿਆ ਹੈ, ਬਤਾਈਏ। ਇਸ ਮੌਕੇ ਥਾਣਾ ਮੋਤੀ ਨਗਰ SHO ਸੁਰਿੰਦਰ ਚੋਪੜਾ ਨੇ ਕਿਹਾ ਕਿ ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ ਤੇ ਕਾਰਵਾਈ ਕਰਦਿਆਂ ਦੋਸ਼ੀ ਮੈਡੀਕਲ ਸਟੋਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਮੁਕਦਮਾ ਦਰਜ ਕਰਵਾਇਆ, ਮਮਤਾ ਨਾਂ ਦੀ ਲੜਕੀ ਨੇ ਸ਼ੇਰਪੁਰ ਮਾਰਕੀਟ ਦੇ ਉੱਥੇ ਵਿਹੜੇ ਵਿੱਚ ਰਹਿੰਦੀ ਹੈ, ਉਹਦੇ ਬਾਹਰ ਹੀ ਮੈਡੀਕਲ ਸਟੋਰ ਹੈ, ਅਤੇ ਉਹਨੇ ਕਿਹਾ ਹੈ ਕਿ ਮੇਰਾ ਟ੍ਰੀਟਮੈਂਟ ਕਰਨ ਆਉਂਦਾ ਸੀ, ਗਲੂਕੋਜ਼ ਲਗਾਉਣ ਆਉਂਦਾ ਸੀ, ਅਤੇ ਉਹਦੀ ਜਿਹੜਾ ਹੈਗਾ ਗਲਤ ਕੰਮ ਕੀਤਾ, ਉਹਦੀ FIR ਦਰਜ ਕੀਤੀ ਹੈ, ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ। ਇਹ 'ਚ ਮਾਮਲਾ ਦਰਜ ਹੋ ਗਿਆ ਸਰ? FIR ਹੋ ਗਈ। ਅਤੇ ਇਹਦੇ ਵਿੱਚ ਗ੍ਰਿਫਤਾਰ ਕੀਤਾ ਕਿਸੇ ਆਰੋਪੀ ਨੂੰ ਸਰ? ਨਹੀਂ, ਅਜੇ ਅਸੀਂ ਇਹਦੇ ਲੜਕੀ ਦੇ ਐਕਟ 64 ਦਾ ਬਿਆਨ ਕਰਾਉਣਾ ਅਤੇ ਇਹਨਾਂ ਦੇ ਮੈਡੀਕਲ ਕਰਾਉਣੇ ਆ, ਅਤੇ ਇਹਦੇ ਵਿਟਨੈਸ ਜੋ ਵੀ ਹੈਗੀ ਹੈ ਅਤੇ ਜੋ ਵੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਗ੍ਰਿਫਤਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਜਿਹੜਾ ਦੋਸ਼ੀ ਹੈਗਾ ਮਿਲਿਆ ਗਿਆ।